ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਸੌਰੀ ਪਲੱਸ 1 ਨੂੰ ਪੋਲੀਟੀਕਲ ਸਾਇੰਸ ਦਾ ਪੋਲੀਟੀਕਲ ਸਾਇੰਸ ਦਾ ਪਲੱਸ 1 ਨੂੰ ਪੋਲੀਟੀਕਲ ਸਾਇੰਸ ਦਾ ਪੇਪਰ ਜਿਹੜਾ ਵੈ 11ਵੀਂ ਜਮਾਤ ਦਾ ਪੋਲੀਟੀਕਲ ਸਾਇੰਸ ਦਾ ਪੇਪਰ ਤੁਹਾਡਾ 22 ਤਰੀਕ ਨੂੰ ਹੋਇਆ ਹੈ ਤੇ ਅੱਜ ਅਸੀਂ ਅੱਜ ਇਹਦਾ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਪੇਪਰ ਦਾ ਟਾਈਮ ਲੰਘ ਚੁੱਕਾ ਵਾ ਲਗਭਗ ਪੇਪਰ ਖਤਮ ਹੋਏ ਨੂੰ 16 ਘੰਟੇ ਹੋ ਗਏ ਨੇ ਤੇ ਹੁਣ ਮੈਂ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕਰ ਰਿਹਾ ਕੋਸ਼ਿਸ਼ ਕਰਦੇ ਆਪਾਂ ਇਹ ਪੇਪਰ ਦਾ ਛੋਟੇ ਕੁਐਸਚਨ ਪੂਰੇ ਪੂਰੇ ਹੱਲ ਕੀਤੇ ਜਾਣ ਤੇ ਵੱਡੇ ਕੁਐਸਚਨਾਂ ਦੀ ਵੀ ਹਿੰਟ ਜ਼ਰੂਰ ਦਿੱਤੇ ਜਾਣ ਤਾਂ ਕਿ ਤੁਹਾਨੂੰ ਅੰਡਰਸਟੈਂਡਿੰਗ ਹੋ ਜਾਏ ਸੋ ਕਿਉਂਕਿ ਅਜੇ ਫਾਈਨਲ ਐਗਜ਼ਾਮ ਤੁਹਾਡਾ ਬਾਕੀ ਹੈ ਇਸ ਕਰਕੇ ਇਹ ਜਿਹੜਾ ਆਨਸਰ ਸ਼ੀਟ ਹੈ ਇਹ ਵੀ ਤੁਹਾਨੂੰ ਹੈਲਪ ਕਰੇਗੀ ਫਾਈਨਲ ਇਗਜ਼ਾਮ ਵਿੱਚੋਂ ਵੀ ਕਈ ਕੁਐਸਚਨ ਇਹਦੇ ਵਿੱਚੋਂ ਹੀ ਆ ਜਾਂਦੇ ਨੇ ਸੋ ਆਓ ਆਪਾਂ ਪਲੱਸ 1 ਪੋਲੀਟੀਕਲ ਸਾਇੰਸ ਦਾ ਪੇਪਰ ਇਹ ਹੱਲ ਕਰਨ ਦੀ ਕੋਸ਼ਿਸ਼ ਕਰੀਏ ਹੱਲ ਕਰੀਏ ਪੇਪਰ ਤੇ ਤਾਂ ਕਿ ਤੁਹਾਡੇ ਰੈਫਰੈਂਸ ਵਿੱਚ ਵੀ ਆ ਜਾਏ ਤੁਸੀਂ ਆਉਣ ਵਾਲੇ ਜਿਹੜੇ ਉੱਤਰ ਨੇ ਉਹ ਵੀ ਸਹੀ ਦੇ ਪਾਓ ਆਪਣੇ ਆਪਣੇ ਆਪ ਨੂੰ ਜਾਂਚ ਪੜਤਾਲ ਕਰ ਪਾਓ ਵੀ ਤੁਸੀਂ ਕਿੰਨੇ ਨੰਬਰ ਪ੍ਰਾਪਤ ਕਰ ਸਕਦੇ ਹੋ ਸੋ ਪਹਿਲਾ ਕੁਐਸਚਨ ਹੈ ਰਾਜਨੀ ਸ਼ਾਸਤਰ ਦਾ ਆਰੰਭ ਤ ਯੰਤਰ ਰਾਜ ਨਾਲ ਹੁੰਦਾ ਹੈ ਕਿਨੇ ਕਿਹਾ ਸੀ ਇਹ ਗਾਰਨਰ ਨੇ ਕਿਹਾ ਸੀ ਦੂਜਾ ਪ੍ਰਸ਼ਨ ਰਾਜਨੀ ਸ਼ਾਸਤਰ ਦਾ ਪਿਤਾ ਮਾ ਕਿਸ ਨੂੰ ਮੰਨਿਆ ਜਾਂਦਾ ਅਰਸਤੂ ਯਾਨੀ ਕਿ ਅਰਿਸਟੋਟਲ ਜਿਹਨੂੰ ਆਪਾਂ ਕਹਿੰਦੇ ਆ ਤੀਜਾ ਪ੍ਰਸ਼ਨ ਰਾਜਨੀ ਸ਼ਾਸਤਰ ਦੀਆਂ ਜੜ੍ਹਾਂ ਵਿੱਚ ਹਨ ਰਾਜਨੀਤੀ ਸ਼ਾਸਤਰ ਦੀਆਂ ਜੜ੍ਹਾਂ ਇਤਿਹਾਸ ਵਿੱਚ ਹਨ ਬੇਟਾ ਦਾ ਆਨਸਰ ਜਿਹੜਾ ਵਾ ਇਤਿਹਾਸ ਹੈ ਚੌਥਾ ਪ੍ਰਸ਼ਨ ਕਾਫੀ ਇੰਪੋਰਟੈਂਟ ਪ੍ਰਸ਼ਨ ਸੀਗਾ ਹਾਂ ਚੌਥਾ ਪ੍ਰਸ਼ਨ ਸੀਗਾ ਹੀਰ ਲਿਖਿਆਂ ਵਿੱਚੋਂ ਕਿਹੜਾ ਕਿਹੜੀ ਕਾਨੂੰਨ ਦੀ ਵਿਸ਼ੇਸ਼ਤਾ ਨਹੀਂ ਹੈ ਸੋ ਜਿਹੜਾ ਇਹਦਾ ਚੌਥਾ ਪੁਆਇੰਟ ਸੀ ਇਹ ਕਾਨੂੰਨ ਦੀ ਵਿਸ਼ੇਸ਼ਤਾ ਨਹੀਂ ਹੈ ਕਾਨੂੰਨ ਦਾ ਉਦੇਸ਼ ਵਿਅਕਤੀਗਤ ਕਲਿਆਣ ਹੁੰਦਾ ਇਹ ਵਿਸ਼ੇਸ਼ਤਾ ਨਹੀਂ ਹੈ ਕਿਉਂਕਿ ਕਾਨੂੰਨ ਸਾਰੇ ਸੰਭਾਲ ਨਹੀਂ ਬਣਦਾ ਇਸ ਕਰਕੇ ਇਹਦਾ ਸਹੀ ਉੱਤਰ ਇਹ ਹੋ ਸੀਗਾ ਚੌਥਾ ਪ੍ਰਸ਼ਨ ਪੰਜਵਾਂ ਆ ਗਿਆ ਪੰਜਵਾਂ ਪ੍ਰਸ਼ਨ ਹੈ ਸਤੰਤਰਤਾ ਦਾ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਤੋਂ ਪਿਆ ਲਿਬਰ ਤੋਂ ਪਿਆ ਜੀ ਫੇਰ ਲਿਖਿਆ ਵਿੱਚੋਂ ਕਿਹੜਾ ਰਾਜ ਦਾ ਜ਼ਰੂਰੀ ਤਤ ਨਹੀਂ ਹੈ ਸਥਿਰਤਾ ਰਾਜ ਦਾ ਜ਼ਰੂਰੀ ਤੱਤ ਨਹੀਂ ਹੈ ਜਨ ਸੰਘਾ ਨਿਚਿਤ ਲਾਕਾ ਪ੍ਰਭੂ ਸਤਾਤੇ ਸਰਕਾਰ ਜਿਹੜਾ ਉਹ ਜ਼ਰੂਰੀ ਤੱਤ ਨੇ ਸੋ ਇਹ ਸਥਿਰਤਾ ਲਿਖਿਆ ਇਹੋ ਹੀ ਇਹਦਾ ਤੁਹਾਡਾ ਸਹੀ ਆਨਸਰ ਸੀ ਇੱਥੇ ਨੈਕਸਟ ਹੈਗਾ ਅਗਲਾ ਪ੍ਰਸ਼ਨ ਜਿਹੜਾ 7ਵਾਂ ਹੈ ਲੋਕਤੰਤਰ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਤੇ ਲਈ ਚੁਣੀ ਹੋਈ ਸਰਕਾਰ ਹੈ ਇਹ ਕਥਨ ਕਿਸ ਦਾ ਹੈ ਇਹ ਅਬਰਾਹਮ ਲਿੰਕਨ ਦੀ ਬਹੁਤ ਮਸ਼ਹੂਰ ਡੈਫੀਨੇਸ਼ਨ ਹੈ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਕੋਈ ਕੋਈ ਅੰਤਰ ਨਹੀਂ ਹੁੰਦਾ ਇਹ ਗਲਤ ਹੈ ਜੀ ਬਹੁਤ ਜ਼ਿਆਦਾ ਅੰਤਰ ਹੁੰਦੇ ਨੇ ਨੈਕਸਟ ਹੈਗਾ ਲੋਕਤੰਤਰ ਸ਼ਬਦ ਦੀ ਉਤਪਤੀ ਡਿਮੋਸ ਤੇ ਕ੍ਰੇਟੋ ਸ਼ਬਦ ਦੋ ਸ਼ਬਦਾਂ ਤੋਂ ਬਣੀ ਹੈ ਇਹ ਕਿਸ ਭਾਸ਼ਾ ਤੋਂ ਨਿਕਲਿਆ ਇਹ ਯੂਨਾਨੀ ਭਾਸ਼ਾ ਤੋਂ ਨਿਕਲਿਆ ਯੂਨਾਨੀ ਭਾਸ਼ਾ ਤੋਂ ਸ਼ਬਦ ਨੇ ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਗੂੜੇ ਸਬੰਧ ਹੁੰਦੇ ਹਨ ਬਿਲਕੁਲ ਸਹੀ ਸਟੇਟਮੈਂਟ ਹੈ 11ਵਾਂ ਪ੍ਰਧਾਨਗੀ ਸਰਕਾਰ ਦੇ ਮੁਕਾਬਲੇ ਵਿੱਚ ਸੰਸਦੀ ਸਰਕਾਰ ਵਧੇਰੇ ਲੋਕਤੰਤਰੀ ਹੁੰਦੀ ਹੈ ਇਹ ਵੀ ਬਿਲਕੁਲ ਸਹੀ ਸਟੇਟਮੈਂਟ ਹੈ 12ਵਾਂ ਪੜਨ ਲਈ ਦੂਜੇ ਦੇਸ਼ ਵਿੱਚ ਗਏ ਵਿਦਿਆਰਥੀਆਂ ਨੂੰ ਅਸਥਾਈ ਵਿਦੇਸ਼ੀ ਕਿਹਾ ਜਾਂਦਾ ਹੈ ਇਹ ਬਿਲਕੁਲ ਸਹੀ ਸਟੇਟਮੈਂਟ ਹੈ ਨੈਕਸਟ ਹੈਗਾ ਜੀ 13ਵਾਂ ਪ੍ਰਸ਼ਨ ਨਾਗਰਿਕਾਂ ਅਤੇ ਵਿਦੇਸ਼ੀ ਨੂੰ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ ਗਲਤ ਹੈ ਜੀ ਕੁਝ ਅਧਿਕਾਰ ਨਾਗਰਿਕਾਂ ਨੂੰ ਮਿਲਦੇ ਨੇ ਵਿਦੇਸ਼ੀਆਂ ਨੂੰ ਨਹੀਂ ਖੇਡ ਲਿਖਿਆ ਵਿੱਚੋਂ ਕਿਹੜੇ ਦੇਸ਼ ਵਿੱਚ ਇਕਾਤਮਕ ਸਰਕਾਰ ਹੈ ਇੰਗਲੈਂਡ ਵਿੱਚ ਇਕਾਤਮਕ ਸਰਕਾਰ ਹੈ ਜੀ ਸੋ 15ਵਾਂ ਪ੍ਰਸ਼ਨ ਡੈਸ਼ ਸਭ ਤੋਂ ਪੁਰਾਣੀ ਸੰਘਾਤਮਕ ਸਰਕਾਰ ਹੈ ਅਮਰੀਕਾ ਦੀ ਜਿਹੜੀ ਸਭ ਤੋਂ ਪੁਰਾਣੀ ਸੰਘਾਤਮਕ ਸਰਕਾਰ ਹੈ 16ਵਾਂ ਪ੍ਰਸੰ ਪ੍ਰਸਤਾਵਨਾ ਦਾ ਆਰੰਭਤੀ ਆਰੰਭ ਅਸੀਂ ਭਾਰਤ ਦੇ ਲੋਕ ਸ਼ਬਦਾਂ ਨਾਲ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਪ੍ਰਸਤਾਵਨਾ ਸੀ ਭਾਰਤ ਦੇ ਲੋਕ ਸ਼ਬਦਾਂ ਨਾਲ ਹੀ ਸ਼ੁਰੂ ਹੁੰਦੀ ਹੈ 17ਵਾਂ ਪ੍ਰਸਤਾਵਨਾ ਅਨੁਸਾਰ ਭਾਰਤ ਨੂੰ ਡੈਸ਼ ਰਾਸ਼ਤ੍ਰ ਘੋਸ਼ਿਤ ਕੀਤਾ ਗਿਆ ਧਰਮ ਨਿਰਪੱਖ ਰਾਸ਼ਤ ਜਿਹੜਾ ਦੇਸ਼ ਹੈ ਉਹ ਘੋਸ਼ਿਤ ਕੀਤਾ ਗਿਆ ਧਰਮ ਨਿਰਪੱਖ ਇਹਦਾ ਸਹੀ ਆਨਸਰ ਹੈ ਨੈਕਸਟ ਹੈਗਾ 18ਵਾਂ ਇਹ ਲਿਖਿਆ ਬੱਚੋ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ ਸੂਚਨਾ ਦਾ ਅਧਿਕਾਰ ਮੌਲਿਕ ਅਧਿਕਾਰ ਨਹੀਂ ਹੈ ਇਹੋ ਜਿਹਾ ਦਾ ਸਹੀ ਉੱਤਰ ਸੀਗਾ ਸੂਚਨਾ ਦਾ ਅਧਿਕਾਰ ਤੁਸੀਂ ਇੱਥੇ ਟਿਕ ਮਾਰਨੀ ਸੀ 19ਵਾਂ ਭਾਰਤ ਵਿੱਚ ਦਲ ਬਦਲੀ ਦੀ ਮਨਾਹੀ ਕਿਹੜੀ ਸੰਵਿਧਾਨਕ ਸੋਧ ਨਾਲ ਕੀਤੀ ਗਈ ਹੈ ਦਲ ਬਦਲੀ ਦੀ ਮਨਾਹੀ ਜਿਹੜੀ ਹੈ ਉਹ 59ਵੀਂ ਸੋਧ ਨਾਲ ਕੀਤੀ ਗਈ ਹੈ 20ਵਾਂ ਪ੍ਰਸ਼ਨ ਹੈ ਵਿਦਿਆ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਕੀਤੀ ਗਈ ਕਿਹੜੀ ਸੋਧ ਅਨੁਸਾਰ ਮੌਲਿਕ ਅਧਿਕਾਰ ਬਣਾਇਆ ਗਿਆ ਹੈ 86ਵੀਂ ਸੋਧ ਅਨੁਸਾਰ 21ਵਾਂ ਪ੍ਰਸ਼ਨ ਭਾਰਤ ਦੇ ਸੰਵਿਧਾਨ ਵਿੱਚ 7 ਮੂਲਕ ਅਧਿਕਾਰ ਸ਼ਾਮਲ ਹਨ ਇਹ ਬਿਲਕੁਲ ਗਲਤ ਹੈ ਅੱਜ ਕੱਲ 6 ਮੂਲਕ ਅਧਿਕਾਰ ਨੇ 22ਵਾਂ ਪ੍ਰਸ਼ਨ ਆਰਟੀਕਲ 36 ਤੋਂ 51 ਤੱਕ ਰਾਜਨੀਤੀ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਭਾਰਤੀ ਸੰਵਿਧਾਨ ਵਿੱਚ ਹੈ ਇਹ ਸਹੀ ਹੈ ਬਿਲਕੁਲ ਜੀ ਨੈਕਸਟ ਹੈ ਜੀ 23ਵਾਂ ਪ੍ਰਸ਼ਨ ਮੂਲਕ ਕਰਤੱਵ ਸੰਵਿਧਾਨ ਵਿੱਚ 1950 ਵਿੱਚ ਸ਼ਾਮਲ ਕੀਤੇ ਗਏ ਗਲਤ ਹੈ ਜੀ ਇਹ 1950 ਨੂੰ 1976 ਵਿੱਚ ਸ਼ਾਮਲ ਕੀਤੇ ਕਿਸੇ ਕਹ ਕੇ ਸਟੇਟਮੈਂਟ ਗਲਤ ਹੈ ਭਾਰਤ ਦੇ ਸੰਵਿਧਾਨ ਦੀ ਧਾਰਾ 1 ਵਿੱਚ ਭਾਰਤ ਨੂੰ ਡੈਸ਼ ਘੋਸ਼ਿਤ ਕੀਤਾ ਗਿਆ ਰਾਜਾਂ ਦਾ ਸੰਘ ਦੁ ਘੋਸ਼ਿਤ ਕੀਤਾ ਗਿਆ ਭਾਰਤ ਰਾਸ਼ਟਰਪਤੀ ਦੇ ਅਹੁਦੇ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ 35 ਸਾਲ ਉਮਰ ਹੋਣੀ ਚਾਹੀਦੀ ਹੈ ਜੀ 35 ইয়ার্স ਸੰਗੀ ਸਰਕਾਰ ਸੰਗੀ ਮੰਤਰੀ ਪ੍ਰੀਸ਼ਦ ਵਿੱਚ ਵੱਧ ਤੋਂ ਕਿੰਨੇ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ ਇਹ ਵਤੋਦ 82 ਮੈਂਬਰ ਸ਼ਾਮਲ ਕੀਤੇ ਜਾਂਦੇ ਹਨ 82 82 ਇਹਦਾ ਸਹੀ ਉੱਤਰ ਹੈ ਕਿਉਂਕਿ 15% ਲੈਣਾ ਹੁੰਦਾ ਵਾ ਇਸ ਕਰਕੇ 15% 82 ਬੰਦ ਦਾ 27ਵਾਂ ਪ੍ਰਸ਼ਨ ਪ੍ਰਧਾਨ ਮੰਤਰੀ ਸੂਰਜ ਹੈ ਜਿਸ ਦੇ ਆਲੇ ਦੁਆਲੇ ਸਾਰੇ ਗ੍ਰਹਿ ਘੁੰਮਦੇ ਹਨ ਇਹ ਬਹੁਤ ਪ੍ਰਸਿੱਧ ਡੈਫੀਨੇਸ਼ਨ ਹੈ ਆਇਰ ਜੈਨਿੰਗ ਇਸ ਦੀ ਇਹ ਡੈਫੀਨੇਸ਼ਨ ਹੈ ਨੈਕਸਟ ਹੈਗਾ 29ਵਾਂ 28ਵਾਂ ਸੀ ਇਹ ਨੰਬਰ ਗਲਤ ਹੋ ਗਿਆ ਇਹ ਇਹ ਕੌਣ ਫੈਸਲਾ ਕਰਦਾ ਕਿ ਸੰਬੰਧਿਤ ਬਿੱਲ ਧਨ ਬਿ ਲੈ ਜਾ ਨਹੀਂ ਹੈ ਸਪੀਕਰ ਫੈਸਲਾ ਕਰਦਾ ਹੈ ਜੀ ਨੈਕਸਟ ਹੈਗਾ 29ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਦਾ ਕਿਹੜਾ ਰਾਸ਼ਟਰਪਤੀ ਸਰਬਸੰਮਤੀ ਨਾਲ ਚੁਣਿਆ ਗਿਆ ਸੀ ਨੀਲਮ ਸੰਜੀਵਾ ਰੈਡੀ ਚੁਣੇ ਗਏ ਸਨ 30ਵਾਂ ਪ੍ਰਸ਼ਨ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਅਧੀਨ ਸੰਵਿਧਾਨਕ ਸੰਕਟਕਾਲ ਦੀ ਅਵਸਥਾ ਕੀਤੀ ਗਈ ਹੈ ਆਰਟੀਕਲ 352 ਵਿੱਚ ਸੰਵਿਧਾਨਕ ਸੰਕਟਕਾਲ ਦੀ ਵਿਵਸਥਾ ਕੀਤੀ ਗਈ ਹੈ ਇਹ 30 ਪ੍ਰਸ਼ਨ ਜਿਹੜੇ ਇੱਕ ਇੱਕ ਨੰਬਰ ਦੇ ਸੀ ਉਸ ਤੋਂ ਬਾਅਦ ਦੋ ਦੋ ਅੰਕਾਂ ਵਾਲੇ ਪ੍ਰਸ਼ਨ ਨੇ ਔ ਮੋਟੀ ਮੋਟੀ ਚਾਤੀ ਜਣਾ ਤੇ ਮਾਰ ਲੈਨੇ ਆ ਦੋਰੀ ਨਾਗਰਿਕਤਾ ਤੋਂ ਕੀ ਭਾਵ ਹੈ ਦੋਰੀ ਨਾਗਰਿਕਤਾ ਜੇਕਰ ਕਿਸੇ ਮੰਨ ਲਓ ਭਾਰਤ ਦੇ ਕੋਈ ਪੇਰੈਂਟ ਕੋਈ ਦੋਵੇਂ ਪਤੀ ਪਤਨੀ ਨੇ ਇੰਗਲੈਂਡ ਘੁੰਮਣ ਫਿਰਨ ਚੱਲ ਗਏ ਸਾਲ 2 ਸਾਲ ਵਾਸਤੇ ਵਰਕ ਵੀਜੇ ਤੇ ਗਏ ਹੁਣ ਭਾਵੇਂ ਜੇ ਉੱਥੇ ਰਹਿ ਪਏ ਤੇ ਉੱਥੇ ਉਹਨਾਂ ਦੇ ਇੱਕ ਕੋਈ ਬੱਚਾ ਪੈਦਾ ਹੋ ਗਿਆ ਤੇ ਉਸ ਬੱਚੇ ਨੂੰ ਭਾਰਤ ਦੀ ਨਾਗਰਿਕਤਾ ਪ੍ਰਾਪਤ ਹੋਏਗੀ ਕਿਉਂਕਿ ਉਹ ਪੇਰੈਂਟਸ ਦੀ ਅਜੇ ਨਾਗਰਿਕਤਾ ਭਾਰਤ ਵਾਲੀ ਹੀ ਹੈ ਕਿਉਂਕਿ ਲਹੂ ਸਿਧਾਂਤ ਹੈ ਵੀ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਬੱਚਿਆਂ ਨੂੰ ਆਪਣੇ ਪੇਰੈਂਟਸ ਵਾਲੀ ਨਾਗਰਿਕਤਾ ਮਿਲਦੀ ਹੈ ਦੂਜਾ ਉਥੋਂ ਦੀ ਨਾਗਰਿਕਤਾ ਵੀ ਮਿਲ ਜਾਏਗੀ ਕਿਉਂਕਿ ਜਨਮ ਸਥਾਨ ਜਿਹੜਾ ਨਾਗਰਿਕਤਾ ਵਾਲਾ ਹੈ ਜਿੱਥੇ ਜਨਮ ਹੋਏ ਬੱਚੇ ਨੂੰ ਉਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ ਇੰਗਲੈਂਡ ਜਨਮ ਹੋਇਆ ਤੇ ਇੰਗਲੈਂਡ ਦੀ ਨਾਗਰਿਕਤਾ ਮਿਲ ਗਈ ਸੋ ਦੋਹਰੀ ਨਾਗਰਿਕਤਾ ਮਿਲ ਜਾਂਦੀ ਹੈ ਇਸ ਤਰ੍ਹਾਂ ਕਿਸੇ ਨੂੰ ਤੇ ਇਹ ਜਿਹੜੀ ਦੋਹਰੀ ਨਾਗਰਿਕਤਾ ਵਾਲੇ ਬੱਚੇ ਨੇ ਇਹ ਜਿਹੜਾ 18 ਸਾਲ ਦੀ ਉਮਰ ਅਡਲਟ ਹੋਣ ਦੀ ਉਮਰ ਜਿਹੜੀ ਹੈ ਉਦੋਂ ਉਹਨਾਂ ਨੂੰ ਇੱਕ ਨਾਗਰਿਕਤਾ ਛੱਡਣੀ ਪੈਂਦੀ ਹੈ ਜਿਹੜੀ ਉਹ ਛੱਡਣੀ ਚਾਹਣ ਅ ਨੈਕਸਟ ਹੈ ਜੀ ਦੂਜਾ ਪ੍ਰਸ਼ਨ ਹੈ ਇਹਦੇ ਨਾਲ ਸੰਬੰਧਿਤ ਕਿਹੜਾ ਤੱਤ ਰਾਜ ਦਾ ਮਹੱਤਵਪੂਰਨ ਤੱਤ ਹੈ ਸੋ ਚਾਰ ਤੱਤ ਨੇ ਰਾਜ ਦੇ ਚਾਰੇ ਮਹੱਤਵਪੂਰਨ ਨੇ ਤੁਸੀਂ ਇੱਕ ਤੱਤ ਨੂੰ ਮਹੱਤਵਪੂਰਨ ਨਹੀਂ ਕਰ ਸਕਦੇ ਜਨਸੰਖਿਆ ਨਿਸ਼ਚਿਤ ਇਲਾਕਾ ਸਰਕਾਰ ਤੇ ਪ੍ਰਭੂਸત્તા ਕੁਝ ਬੱਚੇ ਜਿਹੜੇ ਨੇ ਉਸ ਪ੍ਰਭੂਸત્તા ਉੱਤਰ ਚ ਲਿਖ ਗਏ ਨੇ ਅਕਚੁਅਲੀ ਪ੍ਰਭੂ ਸਤਾ ਨਹੀਂ ਹੈ ਜੇਕਰ ਮੰਨ ਲਓ ਜਨਸੰਖਿਆ ਨਹੀਂ ਹੋਏਗੀ ਤੇ ਕੱਲੀ ਪ੍ਰਭੂ ਸਤਾ ਨੂੰ ਕੀ ਕਰੋਗੇ ਠੀਕ ਹੈ ਜੀ ਸੋਚ ਕਰਕੇ ਚਾਰੇ ਤੱਤ ਜਿਹੜੇ ਨੇ ਰਾਜ ਦੇ ਜ਼ਰੂਰੀ ਤੱਤ ਨੇ ਜਨਸੰਖਿਆ ਨਿਸ਼ਚਿਤ ਇਲਾਕਾ ਸਰਕਾਰ ਤੇ ਪ੍ਰਭੂ ਸਤਾ ਇਹਨਾਂ ਵਿੱਚੋਂ ਕਿਸੇ ਵੀ ਇੱਕ ਦੇ ਨਾ ਹੋਣ ਨਾਲ ਰਾਜ ਹੋਣ ਵਿੱਚ ਨਹੀਂ ਆ ਸਕਦਾ ਅਗਲਾ ਪ੍ਰਸ਼ਨ ਹੈ ਜੀ ਲੋਕਤੰਤਰ ਤੋਂ ਕੀ ਭਾਵੇਂ ਇਥੇ ਤੁਸੀਂ ਡੈਫੀਨੇਸ਼ਨ ਲਿਖ ਸਕਦੇ ਹੋ ਅਬਰਾਹਮ ਲਿੰਕਨ ਵਾਲੀ ਲੋਕਤੰਤਰ ਲੋਕਾਂ ਦਾ ਲੋਕਾਂ ਦੁਆਰਾ ਤੇ ਲੋਕਾਂ ਲਈ ਸਰਕਾਰ ਹੈ ਜੋ ਅਜਿਹੀ ਸਰਕਾਰ ਹੁੰਦੀ ਹੈ ਪੰਜਵਾਂ ਭਾਰਤ ਦੇ ਸੰਵਿਧਾਨ ਉੱਤੇ ਅਮਰੀਕਾ ਦੇ ਪ੍ਰਭਾਵ ਕੀ ਆ ਅਮਰੀਕਾ ਦੇ 2-3 ਪ੍ਰਭਾਵ ਤੁਸੀਂ ਘੱਟੋ-ਘੱਟ ਤੁਸੀਂ ਲਿਖ ਸਕਦੇ ਹੋ ਭਾਰਤ ਨੇ ਅਮਰੀਕਾ ਤੋਂ ਮੌਲਿਕ ਅਧਿਕਾਰਾਂ ਦੀ ਧਾਰਨਾ ਲਈ ਭਾਰਤ ਨੇ ਜਿਹੜਾ ਨਿਆਂਪਾਲਿਕਾ ਵਿੱਚ ਜਿਹੜੀ ਨਿਆਂਪਾਲਿਕਾ ਕਰਦੀ ਹੈ ਨਿਆਇਕ ਪੁਨਰ ਨਰੀਖਣ ਜਿਹੜਾ ਇਹ ਵੀ ਅਸੀਂ ਅਮਰੀਕਾ ਦੇ ਸਿਧਾਂਤ ਤੋਂ ਲਿਆ ਸੀਗਾ ਛੇਵਾਂ ਪ੍ਰਸ਼ਨ ਰਾਜ ਦੀ ਨੀਤੀ ਦੇ ਨਿਰਦੇਸ਼ ਸਿਧਾਂਤਾਂ ਦਾ ਇੱਕ ਉਦੇਸ਼ ਦੱਸੋ ਇਹਨਾਂ ਦਾ ਇੱਕ ਉਦੇਸ਼ ਹੈ ਸਰਕਾਰ ਦਾ ਮਾਰਗਦਰਸ਼ਨ ਕਰਨਾ ਹੈ ਸੋ ਇਸ ਕਰਕੇ ਜਿਹੜੇ ਜਿਹੜੇ ਨਿਰਦੇਸ਼ ਸਿਧਾਂਤ ਨੇ ਇਹ ਸਮੇਂ-ਸਮੇਂ ਤੇ ਸਰਕਾਰਾਂ ਦਾ ਮਾਰਗਦਰਸ਼ਨ ਕਰਦੀਆਂ ਤੇ ਇਹਦਾ ਉਦੇਸ਼ ਕੀ ਸੀਗਾ ਵੀ ਜਿਹੜੇ ਸਹੀ ਦਿਰੈਕਸ਼ਨ ਵਿੱਚ ਜਾਣ ਨੈਕਸਟ ਹੈਗਾ ਉਪ ਰਾਸ਼ਟਰਪਤੀ ਦੀ ਕਿੰਨੀ ਤਨਖਾਹ ਹੁੰਦੀ ਹੈ ਉਪ ਰਾਸ਼ਟਰਪਤੀ ਦੀ ਤਨਖਾਹ 4 ਲੱਖ ਰੁਪਏ ਹੁੰਦੀ ਹੈ ਸਤਾਂ ਪਰਸ਼ਨ ਸੀਗਾ ਸੋ ਉਸ ਤੋਂ ਬਾਅਦ ਚਾਰ ਪ੍ਰਸ਼ਨ ਕਰਨੇ ਸੀ ਦੋ ਚਾਰ-ਚਾਰ ਨੰਬਰ ਵਾਲੇ ਜਿਹੜੇ ਨੇ 50 ਅਰ ਸ਼ਬਦਾਂ ਵਿੱਚ ਇਹਨਾਂ ਵਿੱਚ ਇਹਨਾਂ ਬਾਰੇ ਮੋਟਾ-ਮੋਟਾ ਆਪਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਅਠਵਾਂ ਪ੍ਰਸ਼ਨ ਸੀਗਾ ਅਰਥ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਹੈ ਜਿਹੜਾ ਅਰਥ ਸ਼ਾਸਤਰ ਦਾ ਤੁਹਾਨੂੰ ਪਤਾ ਹੀ ਹੈ ਵਿਦਿਆਰਥੀਓ ਅਰਥ ਸ਼ਾਸਤਰ ਜਿਹੜਾ ਇਹ ਧਨ ਨਾਲ ਸੰਬੰਧਿਤ ਹੁੰਦਾ ਹੈ ਅਰਥ ਸ਼ਾਸਤਰ ਦਾ ਸਬੰਧ ਜਿਹੜਾ ਉਹ ਧਨ ਨਾਲ ਹੈ ਤੇ ਰਾਜਨੀਤੀ ਸ਼ਾਸਤਰ ਦਾ ਸਬੰਧ ਹੈ ਜਿਹੜਾ ਉਹ ਰਾਜਨੀਤੀ ਨਾਲ ਹੈ ਸੋ ਜਿਹੜਾ ਅ ਅਰਥ ਸ਼ਾਸਤਰ ਦੇ ਆਰਥਿਕ ਅਸਮਾਨਤਾ ਜਿਹੜੀ ਰਾਜਨੀਤਿਕ ਕ੍ਰਾਂਤੀਆਂ ਨੂੰ ਜਨਮ ਦਿੰਦੀ ਹੈ ਦੂਜਾ ਆਰਥਿਕ ਅਰਥ ਵਿਵਸਥਾ ਜਿਹੜੀ ਆ ਇਹ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦੀ ਹੈ ਸੋ ਇਸ ਕਰਕੇ ਇਹ ਆ ਯੋਗਦਾਨ ਹੁੰਦਾ ਵਾ ਅਰਥ ਸ਼ਾਸਤਰ ਦਾ ਰਾਜਨੀਤੀ ਨੂੰ ਨੈਕਸਟ ਹੈਗਾ ਆਰਥਿਕ ਸੁਤੰਤਰਤਾ ਤੋਂ ਕੀ ਭਾਵ ਹੈ ਆਰਥਿਕ ਸੁਤੰਤਰਤਾ ਮਤਲਬ ਹੈ ਕਿ ਵਿਅਕਤੀ ਨੂੰ ਕੰਮ ਕਰਨ ਦਾ ਅਧਿਕਾਰ ਮਿਲੇ ਤੇ ਉਹ ਆਰਥਿਕ ਤੌਰ ਤੇ ਸੁਤੰਤਰ ਹੋਵੇ ਤੇ ਇਹੋ ਹੀ ਇਹਦਾ ਆ ਅਰਥ ਹੈ ਕਿ ਆਰਥਿਕ ਸੁਤੰਤਰ ਹੋਏ ਵਿਅਕਤੀ ਨੂੰ ਕੰਮ ਦਾ ਅਧਿਕਾਰ ਮਿਲੇ ਕੰਮ ਦੇ ਘੰਟੇ ਨਿਸ਼ਚਿਤ ਹੋਣ ਤਿਉ ਆਰਥਿਕ ਤੌਰ ਤੇ ਸੁਤੰਤਰ ਹੋਵੇ ਤੇ ਆਪਣੀ ਰੋਜੀ ਰੋਟੀ ਕਮਾ ਸਕੇ ਤੇ ਆਪਣਾ ਜੀਵਨ ਸਫਲ ਕਰ ਸਕੇ 10ਵਾਂ ਪ੍ਰਸ਼ਨ ਹੈ ਇੱਕ ਚੰਗੇ ਨਾਗਰਿਕ ਦੇ ਚਾਰ ਗੁਣ ਚੰਗੇ ਨਾਗਰਿਕ ਦੇ ਕਾਫੀ ਗੁਣ ਨੇ ਚੰਗਾ ਨਾਗਰਿਕ ਜਿਹੜਾ ਵਾ ਉਹ ਇੱਕ ਚੰਗਾ ਨਾਗਰਿਕ ਜਿਹੜਾ ਸਿੱਖਿਅਤ ਹੋਣਾ ਚਾਹੀਦਾ ਪੜਿਆ ਲਿਖਿਆ ਹੋਵੇ ਇਮਾਨਦਾਰ ਹੋਵੇ ਠੀਕ ਹੈ ਜੀ ਸੋ ਇੱਕ ਚੰਗੇ ਨਾਗਰਿਕ ਦੇ ਜਿਹੜੇ ਨੇ ਸੁਚੇਤ ਹੋਣਾ ਚਾਹੀਦਾ ਉਹ ਸ਼ਹਿਨਸ਼ੀਲਤਾ ਦਾ ਗੁਣ ਹੋਵੇ ਤੇ ਉਹਦਾ ਚੰਗਾ ਚਰਿੱਤਰ ਹੋਵੇ ਇਹ ਸਾਰੇ ਚੰਗੇ ਨਾਗਰਿਕ ਦੇ ਗੁਣ ਨੇ ਉਸ ਤੋਂ ਬਾਅਦ ਮੌਲਿਕ ਅਧਿਕਾਰ ਭਾਰਤ ਵਿੱਚ ਲੋਕਤੰਤਰ ਦੀ ਬੁਨਿਆਦ ਹਨ ਇਹਦਾ ਇਹਦਾ ਅਰਥ ਇਹ ਆ ਕਿ ਮੌਲਿਕ ਅਧਿਕਾਰਾਂ ਤੋਂ ਬਿਨਾ ਅਸੀਂ ਲੋਕਤੰਤਰ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੋ ਇਸ ਕਰਕੇ ਮੌਲਿਕ ਅਧਿਕਾਰ ਨੇ ਜਿਹੜੇ ਉਹ ਲੋਕਤੰਤਰ ਦੀ ਬੁਨਿਆਦ ਨੇ ਮੌਲਿਕ ਅਧਿਕਾਰਾਂ ਬਗੈਰ ਕੋਈ ਬੁੱਲ ਨਹੀਂ ਰਹਿ ਜਾਂਦਾ ਲੋਕਤੰਤਰ ਦਾ ਸੋ ਇਸ ਕਰਕੇ ਸਮਾਨਤਾ ਦਾ ਅਧਿਕਾਰ ਸ स्वातंत्रता ਦਾ ਅਧਿਕਾਰ ਸ਼ੋਸ਼ਣ ਵਿਰੁੱਧ ਅਧਿਕਾਰ ਸਵਿਧਾਨ ਨੂੰ ਪਾਵਾਂ ਦਾ ਅਧਿਕਾਰ ਜਿਹੜਾ ਸੋ ਸਵਿਧਾਨ ਨੂੰ ਪਾਵਾਂ ਦਾ ਅਧਿਕਾਰ ਹੈ ਜਿਹੜਾ ਇਹ ਸਾਰੇ ਅਧਿਕਾਰਾਂ ਦਾ ਮੌਲਿਕ ਅਧਿਕਾਰ ਹੈ ਬੇਸਿਕ ਅਧਿਕਾਰ ਹੈ ਕਿਉਂਕਿ ਜੇਕਰ ਕੋਈ ਅਧਿਕਾਰ ਨਾ ਕਿਸ ਨੂੰ ਮਿਲੇ ਤੇ ਸਵਿਧਾਨ ਜਿਹੜਾ ਸਵਿਧਾਨ ਨੂੰ ਪਾਵਾਂ ਦਾ ਅਧਿਕਾਰ ਜਿਹੜਾ ਪ੍ਰਾਪਤ ਕੀਤਾ ਬਾਕੀ ਅਧਿਕਾਰਾਂ ਨੂੰ ਦਿਲਵਾ ਦਿੰਦਾ ਹੈ ਅਗਲਾ ਪ੍ਰਸ਼ਨ ਜਿਹੜਾ ਪਿਆਰੇ ਵਿਦਿਆਰਥੀ ਉਹ ਹੈਗਾ ਰਾਸ਼ਟਰਪਤੀ ਦੀ ਆਦੇਸ਼ ਕਰੋ ਜਾਰੀ ਕਰ ਸਕਦਾ ਆਦੇਸ਼ ਰਾਸ਼ਟਰਪਤੀ ਉਦੋਂ ਜਾਰੀ ਕਰਦਾ ਜਦੋਂ ਹਾਲਾਤ ਦੀ ਮੰਗ ਹੋਵੇ ਤੇ ਸੰਸਦ ਦੀ ਇਜਲਾਸ ਨਾ ਹੋ ਰਿਹਾ ਹੋਵੇ ਤੇ ਰਾਸ਼ਟਰਪਤੀ ਆਧਿਆਦੇਸ਼ ਜਾਰੀ ਕਰਦਾ ਵਾ ਜਿਹੜਾ ਸੰਸਦ ਦੇ ਪਾਸ ਕੀਤੇ ਕਾਨੂੰਨ ਦੇ ਬਰਾਬਰ ਹੁੰਦਾ ਪਰ ਜਦੋਂ ਸੰਸਦ ਦਾ ਇਜਲਾਸ ਹੋਵੇ ਤੇ 6 ਮਹੀਨੇ ਦੇ ਅੰਦਰ ਅੰਦਰ ਇਹਦੀ ਪਰਮਿਸ਼ਨ ਲੈਣੀ ਪੈਂਦੀ ਹੈ ਇਹਦੀ ਅੱਗੇ ਲੈਣੀ ਪੈਂਦੀ ਹੈ ਇਹਨੂੰ ਪਾਸ ਕਰਵਾਉਣਾ ਪੈਂਦਾ ਨਹੀਂ ਤੇ ਫਿਰ ਆਪਣੇ ਆਪ ਹੀ ਇਹ ਖਤਮ ਹੋ ਜਾਂਦਾ ਤਾਨਾਸ਼ਾਹ ਸਰਕਾਰ ਤੇ ਨੋਟ ਲਿਖੋ ਜਿਹੜੀ ਤਾਨਾਸ਼ਾਹ ਸਰਕਾਰ ਹੈ 13ਵਾਂ ਪ੍ਰਸ਼ਨ ਉਹ ਮਨਮਰਜ਼ੀ ਦੀ ਸਰਕਾਰ ਹੈ ਆਟੋਕ੍ਰੈਟਿਕ ਸਰਕਾਰ ਹੈ ਸੋ ਤਾਨਾਸ਼ਾਹ ਉਹ ਵੀ ਇੱਕ ਈ ਹੁੰਦਾ ਵਾ ਉਹ ਸ਼ਾਸਕ ਹੁੰਦਾ ਵਾ ਜਿਹੜਾ ਜਨਤਾ ਦੇ ਹਿੱਤਾਂ ਦੀ ਪਰਵਾਹ ਨਹੀਂ ਕਰਦਾ ਆਪਣੀ ਮਨਮਰਜ਼ੀ ਕਰਦਾ ਵਾ ਤੇ ਉਹਨੂੰ ਤਾਨਾਸ਼ਾਹ ਸਰਕਾਰ ਕਿਹਾ ਜਾਂਦਾ ਸੋ ਇਹ ਸਰਕਾਰ ਨੂੰ ਚੰਗਾ ਸਰਕਾਰ ਨਹੀਂ ਮੰਨਿਆ ਜਾਂਦਾ ਸਦਾਮ ਹੁਸੈਨ ਦੀ ਇਰਾਕ ਵਿੱਚ ਤਾਨਾਸ਼ਾਹ ਸਰਕਾਰ ਸੀਗੀ ਹਿਟਲਰ ਦੀ ਤਾਨਾਸ਼ਾਹ ਸਰਕਾਰ ਸੀ ਜਿਹੜਾ ਆਪਣੇ ਅੱਛੇ ਅਨਸਾਰ ਕੰਮ ਕਰਦਾ ਸੀ ਹੁਣ ਵੀ ਨਾਰਥ ਕੋਰੀਆ ਵਿੱਚ ਸ਼ਾਸਕ ਹੈ ਉਹਦੀ ਤਾਨਾਸ਼ਾਹ ਸਰਕਾਰ ਹੈ ਤੇ ਆਪਣੀ ਇੱਛਾ ਅਨੁਸਾਰ ਮਨਮਰਜ਼ੀ ਨਾਲ ਕਰਦਾ ਅਗਲਾ ਪ੍ਰਸ਼ਨ ਜਿਹੜਾ ਸੀਗਾ ਨਵਾਂ ਪੋਰਸ਼ਨ ਤੁਹਾਡੇ ਲਈ ਸ਼ਾਮਲ ਹੋਇਆ ਸੀਗਾ ਪੈਰਾ ਪੜ ਕੇ ਉੱਤਰ ਦੇਣ ਵਾਲੇ ਪ੍ਰਸ਼ਨ ਬਹੁਤ ਸੋਹਣਾ ਤੇ ਸੌਖਾ ਪੈਰਾ ਸੀ ਪੈਰੇ ਵਿਦਿਆਰਥੀ ਤੁਸੀਂ ਉੱਤਰ ਦਿੱਤੇ ਇਹਨੇ ਪੜ ਕੇ ਸੋ ਆਪਾਂ ਫਟਾਫਟ ਇਹਦੇ ਉੱਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾ ਪ੍ਰਸ਼ਨ ਜੀ ਪੋਲਿਟਿਕਸ ਸ਼ਬਦ ਪੋਲਿਟਿਕਸ ਸ਼ਬਦ ਕਿਸ ਭਾਸ਼ਾ ਤੋਂ ਬਣਿਆ ਸੋ ਥੋੜਾ ਜਿਹਾ ਆਪਾਂ ਪੈਰੇ ਵੱਲ ਦੇਖਾਂਗੇ ਤੇ ਉੱਤਰ ਤੁਹਾਨੂੰ ਬੜੇ ਆਸਾਨੀ ਨਾਲ ਮਿਲ ਜੇਗਾ ਪੋਲਿਟਿਕਸ ਸ਼ਬਦ ਜਿਹੜਾ ਵਾ ਲਿਖਿਆ ਪੋਲਿਟਿਕਸ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਬਣਿਆ ਠੀਕ ਹੈ ਜਿਸ ਦਾ ਅਰਥ ਹੈ ਨਗਰ ਰਾਜ ਸੋ ਅਗਲਾ ਪ੍ਰਸ਼ਨ ਵੀ ਇਹ ਨਾਲ ਹੀ ਹੈ ਸੋ ਪੋਲਿਟਿਕਸ ਸ਼ਬਦ ਜਿਹੜਾ ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਤੇ ਪੋਲਿਸ ਸ਼ਬਦ ਤੋਂ ਭਾਵ ਇਥੋਂ ਭਾਵ ਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਨਗਰ ਰਾਜ ਇਸ ਤੋਂ ਬਾਅਦ ਉਸ ਤੋਂ ਅਗਲਾ ਪ੍ਰਸ਼ਨ ਇਸ ਕਿਤਾਬ ਨੂੰ ਕਿਸ ਕਿਤਾਬ ਨੂੰ ਰਾਜਨੀਤਿਕ ਸ਼ਾਸਤਰ ਦੀ ਬਾਈਬਲ ਕਿਹਾ ਜਾਂਦਾ ਸੋ ਇਹਦਾ ਉੱਤਰ ਵੀ ਤੁਸੀਂ ਪੈਰਾ ਦੇਖੋ ਤੇ ਤੁਹਾਨੂੰ ਇਹਦਾ ਉੱਤਰ ਮਿਲ ਜਾਏਗਾ ਆ ਦੇਖੋ ਲਿਖਿਆ ਹੋਇਆ ਅ ਅਰਸਤੂ ਨੇ ਜਿਹੜੀ ਬੁੱਕ ਲਿਖੀ ਸੀ ਰਾਜਨੀਤਿਕ ਸ਼ਾਸਤਰ ਨਾਲ ਸੰਬੰਧ ਇਹਨੂੰ ਬਾਈਬਲ ਵੀ ਕਿਹਾ ਜਾਂਦਾ ਇਸਦਾ ਨਾਮ ਪੋਲਿਟਿਕਸ ਹੈ ਸੋ ਪੋਲਿਟਿਕਸ ਜਿਹੜੀ ਕਿਤਾਬ ਹੈ ਉਸ ਨੂੰ ਰਾਜਨੀਤੀ ਸ਼ਾਸਤਰ ਦੀ ਬਾਈਬਲ ਕਿਹਾ ਜਾਂਦਾ ਮਿਲਾਨ ਕਰਨਾ ਮੈਚਿੰਗ ਕਰਨਾ ਬਾਈਬਲ ਕਿਨੂੰ ਕਿਹਾ ਜਾਂਦਾ ਜੀ ਹੁਣੇ ਆਪਾਂ ਗੱਲ ਕੀਤੀ ਹੈ ਪੋਲਿਟਿਕਸ ਦੀ ਪੋਲਿਸ ਦਾ ਅਰਥ ਹੁੰਦਾ ਨਗਰ ਰਾਜ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਜਿਹੜਾ ਵਾ ਉਹ ਅਰਸਤੂ ਹੈ ਤੇ ਗਾਰਨਰ ਦੀ ਡੈਫੀਨੇਸ਼ਨ ਹੈਗੀ ਹੈ ਰਾਜਨੀਤਿਕ ਸ਼ਾਸਤਰ ਦਾ ਆਰੰਭ ਤੇ ਅੰਤ ਰਾਜਨ ਰਾ ਹੁੰਦਾ ਸਾਰੇ ਪ੍ਰਸ਼ਨ ਜਿਹੜੇ ਨੇ ਉਹ ਪੈਰੇ ਚ ਮਿਲ ਜਾਂਦੇ ਨੇ ਅਗਲਾ ਪ੍ਰਸ਼ਨ ਜਿਹੜਾ ਹਾਹਾ ਹੈ ਆ ਵੱਡੇ ਪ੍ਰਸ਼ਨ ਨੇ ਸੰਸਦੀ ਸਰਕਾਰ ਤੋਂ ਕੀ ਭਾਵ ਹੈ ਇਸ ਦੀਆਂ ਚਾਰ ਵਿਸ਼ੇਸ਼ਤਾਵਾਂ ਸੰਸਦੀ ਸਰਕਾਰ ਜਿਹੜੀ ਹੈ ਉਹ ਸਰਕਾਰ ਹੈ ਜਿਹਦੇ ਵਿੱਚ ਸੰਸਦ ਦੀ ਪ੍ਰਮੁਖਤਾ ਹੁੰਦੀ ਹੈ ਪ੍ਰਧਾਨਗੀ ਸਰਕਾਰ ਤੇ ਸੰਸਦੀ ਸਰਕਾਰ ਦੋ ਤਰ੍ਹਾਂ ਦੀਆਂ ਸਰਕਾਰਾਂ ਨੇ ਸੋ ਸੰਸਦੀ ਸਰਕਾਰ ਵਿੱਚ ਸੰਸਦ ਦੀ ਪ੍ਰਮੁੱਖ ਪ੍ਰਮੁਖਤਾ ਹੁੰਦੀ ਹੈ ਭਾਰਤ ਅਤੇ ਇੰਗਲੈਂਡ ਵਿੱਚ ਸੰਸਦੀ ਸਰਕਾਰਾਂ ਨੇ ਇਹਦੇ ਚ ਚਾਰ ਵਿਸ਼ੇਸ਼ਤਾਵਾਂ ਕੀ ਕਰ ਸਕਦੇ ਹੋ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਗੂੜੇ ਸਬੰਧ ਹੁੰਦੇ ਨੇ ਕਾਰਜਪਾਲਿਕਾ ਦੇ ਸਾਰੇ ਮੈਂਬਰ ਵਿਧਾਨਪਾਲਿਕਾ ਵਿੱਚੋਂ ਲੈ ਜਾਂਦੇ ਨੇ ਇਹਦੇ ਵਿੱਚ ਅਸਲੀ ਉਪਾ ਕਾਰਜਪਾਲਿਕਾ ਤੇ ਨਾਮਾਤਰ ਕਾਰਜਪਾਲਿਕਾ ਹੁੰਦੀ ਹੈ ਤੇ ਚੌਥਾ ਇਹਦੇ ਵਿੱਚ ਸਮੂਹਕ ਤੇ ਵਿਅਕਤੀਗਤ ਜ਼ਿੰਮੇਵਾਰੀ ਹੁੰਦੀ ਹੈ ਤੋਂ ਸੋ ਇਹ ਵਿਸ਼ੇਸ਼ਤਾਵਾਂ ਸੀਗੀਆਂ ਨੂੰ ਐਕਸਪਲੇਨ ਕਰ ਸਕਦੇ ਹੋ ਇਹ 150 ਸ਼ਬਦਾਂ ਵਿੱਚ ਤੁਸੀਂ ਉੱਤਰ ਦੇ ਸਕਦੇ ਹੋ ਨੈਕਸਟ ਹੈਗਾ ਇੱਕ ਆਤਮਕ ਸਰਕਾਰ ਅਤੇ ਸੰਘਾਤਮਕ ਸਰਕਾਰ ਵਿੱਚ ਚਾਰ ਅੰਤਰ ਲਿਖੋ ਪਹਿਰੇ ਵਿਦਿਆਰਥੀ ਇਕਾਤਮਕ ਸਰਕਾਰ ਉਹ ਸਰਕਾਰ ਹੁੰਦੀ ਹੈ ਜਿੱਥੇ ਇਕੋ ਹੀ ਕੇਂਦਰ ਦੀ ਸਰਕਾਰ ਹੁੰਦੀ ਹੈ ਰਾਜਾਂ ਦੀ ਵੱਖਰੀ ਕੋਈ ਸਰਕਾਰ ਨਹੀਂ ਹੁੰਦੀ ਸੰਘਾਤਮਕ ਸਰਕਾਰ ਉਹ ਹੁੰਦੀ ਹੈ ਜਿੱਥੇ ਸ਼ਕਤੀਆਂ ਕੇਂਦਰ ਤੇ ਰਾਜਾਂ ਦੇ ਵਿੱਚ ਘਾਰ ਵੰਡੀਆਂ ਹੁੰਦੀਆਂ ਨੇ ਉਹਨੂੰ ਸੰਘਾਤਮਕ ਸਰਕਾਰ ਕਿਹਾ ਜਾਂਦਾ ਸੋ ਇਸ ਕਰਕੇ ਕੇਂਦਰ ਦੀ ਸਰਕਾਰ ਅਲੱਗ ਤੇ ਰਾਜਾਂ ਦੀ ਸਰਕਾਰ ਅਲੱਗ ਜਿੱਥੇ ਹੋਏ ਉਸ ਸੰਘਾਤਮਕ ਤੇ ਜਿੱਥੇ ਕੇਂਦਰ ਦੀ ਕੱਲੀ ਆਪਣੇ ਸਾਰੇ ਰਾਜ ਦੇਸ਼ ਵਿੱਚ ਕੱਲੇ ਕੇਂਦਰ ਦੀ ਸਰਕਾਰ ਹੋਵੇ ਉਹ ਇਕਾਤਮਕ ਹੁੰਦੀ ਹੈ ਇੰਗਲੈਂਡ ਵਿੱਚ ਇਕਾਤਮਕ ਸਰਕਾਰ ਹੈ ਤੇ ਭਾਰਤ ਤੇ ਅਮਰੀਕਾ ਦੇ ਵਿੱਚ ਇਕਾ ਭਾਰਤ ਤੇ ਅਮਰੀਕਾ ਵਿੱਚ ਸੰਘਾਤਮਕ ਸਰਕਾਰ ਹੈ ਸੋ ਇਸ ਕਰਕੇ ਜਿਹੜੀ ਹੈ ਇਹਦੇ ਇਹੋ ਹੀ ਇਹਦੇ ਅੰਦਰ ਨੇ ਖਾਸ ਖਾਸ ਅਗਲਾ ਪ੍ਰਸ਼ਨ ਹੈਗਾ ਜੀ ਭਾਰਤੀ ਸੰਵਿਧਾਨ ਦੀਆਂ ਛੇ ਵਿਸ਼ੇਸ਼ਤਾਵਾਂ ਭਾਰਤੀ ਸੰਵਿਧਾਨ ਦੀਆਂ ਕਾਫੀ ਵਿਸ਼ੇਸ਼ਤਾਵਾਂ ਨੇ 6 ਇਹ ਨੇ ਇਹ ਲਿਖਤੀ ਸੰਵਿਧਾਨ ਆ ਭਾਰਤ ਦਾ ਫਿਰ ਇਹਦੇ ਵਿੱਚ ਮੌਲਿਕ ਅਧਿਕਾਰਾਂ ਦਾ ਜ਼ਿਕਰ ਹੈ ਭਾਰਤ ਦਾ ਸੰਵਿਧਾਨ ਕਠੋਰ ਵੀ ਹੈ ਤੇ ਲਚਕੀਲੇ ਦਾ ਮਿਸ਼ਰਣ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਵਾ ਦੂਜੇ ਦੇਸ਼ਾਂ ਤੋਂ ਲਿਆ ਗਿਆ ਸੰਵਿਧਾਨ ਕਾਫੀ ਧਾਰਨਾਵਾਂ ਆਪਾਂ ਦੂਜੇ ਦੇਸ਼ਾਂ ਤੋਂ ਲਈਆਂ ਗਈਆਂ ਨੇ ਸੰਵਿਧਾਨ ਵਿੱਚ ਮੌਲਿਕ ਕਰਤਵਾਂ ਦਾ ਜ਼ਿਕਰ ਭਾਰਤ ਦਾ ਸੰਵਿਧਾਨ ਪ੍ਰਸਤਾਵਨਾ ਤੋਂ ਸ਼ੁਰੂ ਹੁੰਦਾ ਵਾ ਤੇ ਸਾਡੇ ਸੰਵਿਧਾਨ ਵਿੱਚ ਦੋ ਸਦਨੀ ਵਿਧਾਨ ਮੰਡਲ ਦੀ ਗੱਲ ਕੀਤੀ ਗਈ ਹੈ ਆ ਲਾਸਟ ਕੁਐਸਚਨ ਜਿਹੜਾ ਸੀਗਾ ਕਿਉਂਕਿ ਇਹਨਾਂ ਦੋਵਾਂ ਵਿੱਚੋਂ ਇੱਕ ਹੀ ਕਰਨਾ ਸੀ ਓਵਰਲੈਪ ਇੱਕ ਨੰਬਰ ਵਿੱਚੋਂ ਦੋਵਾਂ ਚ ਕਰਨਾ ਸੀ ਦੋਵਾਂ ਨੰਬਰ ਵੀ ਦੋਵਾਂ ਵਿੱਚੋਂ ਇੱਕ ਕਰਨਾ ਸੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਤੇ ਚਾਰ ਸ਼ਕਤੀਆਂ ਪ੍ਰਧਾਨ ਮੰਤਰੀ ਨਿਯੁਕਤੀ ਜਿਹੜੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਜਿਹੜੀ ਪਾਰਟੀ ਨੂੰ ਆਮ ਚੋਣਾਂ ਤੋਂ ਬਾਅਦ ਲੋਕ ਸਭਾ ਦੇ ਵਿੱਚ ਵੱਧ ਸੀਟਾਂ ਪ੍ਰਾਪਤ ਹੋਣ ਜਾਂ ਜਿਹੜੀ ਪਾਰਟੀ ਦੀ ਸੰਭਾਵਨਾ ਹੋਏ ਰਾਸ਼ਟਰਪਤੀ ਨੂੰ ਲੱਗੇ ਕਿ ਇਹ ਇਹ ਪਾਰਟੀ ਬਹੁਮਤ ਪ੍ਰਾਪਤ ਕਰ ਸਕਦੀ ਹੈ ਜੇਕਰ ਉਹਦੇ ਕੋਲ ਪਹਿਲੇ ਵੀ ਬਹੁਮਤ ਜਿੰਨੀਆਂ ਸੀਟਾਂ ਨਾ ਹੋਣ ਤੇ ਉਸ ਨੂੰ ਉਹ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੰਡਲ ਦਾ ਸੱਤਾ ਦਿੰਦਾ ਹੈ ਤੇ ਉਹਨੂੰ ਪ੍ਰਧਾਨ ਮੰਤਰੀ ਦੀ ਅਹੁਦੇ ਦੀ ਸੋਚ ਕੰਦਾ ਹੈ। ਰਾਸ਼ਟਰ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਵਿੱਚ ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਨਿਰਮਾਣ ਕਰਦਾ ਵਾ ਉਹਨਾਂ ਵਿੱਚ ਵਿਭਾਗਾ ਦੀ ਵੰਡ ਕਰਦਾ ਵਾ ਵਿਭਾਗਾਾਂ ਦੀ ਅਹੁਦੇਦਾਰੀ ਕਰਦਾ ਵਾ ਅਗਵਾਈ ਕਰਦਾ ਵਾ ਦੇਸ਼ ਦੀ ਤੇ ਰਾਸ਼ਟਰਪਤੀ ਤੇ ਮੰਤਰੀ ਮੰਡਲ ਵਿੱਚ ਇੱਕ ਕੜੀ ਦਾ ਕੰਮ ਕਰਦਾ। ਸੋ ਪਿਆਰੇ ਵਿਦਿਆਰਥੀਓ ਇਹ ਸੀਗਾ ਪਲੱਸ 1 ਪੋਲਿਟਿਕਲ ਸਾਇੰਸ ਦੇ ਪੇਪਰ ਦਾ ਹੱਲ। ਅ ਵੱਡੇ ਪ੍ਰਸ਼ਨ ਜਿਹੜੇ ਨੂੰ ਮੈਂ ਸ਼ਾਰਟਕਟ ਚ ਥੋੜੇ ਥੋੜੇ ਦੱਸੇ ਨੇ ਹਿੰਟ ਹੀ ਦਿੱਤੇ ਨੇ ਛੋਟੇ ਪ੍ਰਸ਼ਨ ਤਾਂ ਆਪਾਂ ਪੂਰੇ ਪੂਰੇ ਹੱਲ ਕੀਤੇ ਨੇ ਮੈਨੂੰ ਆਸ ਹੈ ਇਹ ਹੱਲ ਕੀਤਾ ਪੇਪਰ ਤੁਹਾਡੀ ਹੈਲਪ ਕਰੇਗਾ ਆਉਣ ਵਾਲੇ ਫਾਈਨਲ ਐਗਜ਼ਾਮ ਵਿੱਚ ਵੀ ਸੋ ਥੈਂਕ ਯੂ ਵੈਰੀ ਮਚ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਤੇ ਲੱਗੀ ਹੈ ਤੇ ਤੁਸੀਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਥੈਂਕ ਯੂ ਵੈਰੀ ਮਚ ਤੇ ਮੇਰੇ ਚੈਨਲ ਨੂੰ ਕਨਸੈਪਟ ਗੁਰੂ AK ਨੂੰ ਸਬਸਕ੍ਰਾਈਬ ਜਰੂਰ ਕਰਾਓ ਥੈਂਕ ਯੂ